ਅੱਛਾ ਬਾਬਾ ਜੀ, ਇਹ ਦੱਸੋ ਜਿਹੜਾ ਕਰਤਾਰਪੁਰ ਦੀ ਰਾਹਦਾਰੀ ਖੁੱਲ੍ਹ ਗਈ ਹੈ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਅੱਛਾ ਹੋਇਆ ਬੁਰਾ ਹੋਇਆ, ਸਿੱਖ ਆਣਗੇ ਆਪਣੇ ਗੁਰੂ ਨਾਨਕ ਆਣਗੇ, ਜਿਸ ਉਹ ਤਰ੍ਹਾਂ ਅਸੀਂ ਆਣਗੇ, ਖਾਨਾ ਕਾਬਾ ਜਾਂਦੇ ਹਾਂ, ਉਹ ਇੱਧਰ ਗੁਰੂ ਨਾਨਕ ਆਣਗੇ। ਉਹ ਗੁਰੂ ਨਾਨਕ ਜਾਣਗੇ, ਸਾਡੇ ਉਧਰ ਕਈ ਬਜ਼ੁਰਗ ਅੱਲਾ ਦੇ ਬਲੀ ਦੇ ਪਏ ਆ, ਉਹਨਾਂ ਦੀਆਂ ਮਜ਼ਾਰਾਂ ਉੱਥੇ ਬਹੁਤ ਆਲਾ ਨੇ, ਅੱਛਾ, ਤੇ ਇੱਥੇ ਉਹ ਆਪਣੇ ਆਉਂਦੇ ਆ, ਪੰਜਾ ਸਾਹਿਬ ਆਉਂਦੇ ਆ, ਗੁਰੂ ਨਾਨਕ ਦੀਆਂ ਜਗ੍ਹਾ ਦੇਖਦੇ ਆ, ਤੇ ਉਹ ਜਿਸ ਵੇਲੇ ਖੁਸ਼ ਆ ਤੇ ਅੱਲਾ ਵੀ ਰਾਜ਼ੀ ਹੁੰਦਾ, ਭਾਵੇਂ ਗੈਰ ਮਜ਼ਹਬ ਵੀ ਆ ਜੀ, ਸਹੀ ਆ। ਤੇ ਬੜਾ ਦਿਲ ਸਕੂਨ ਮਿਲਿਆ ਕਿ ਰਸਤਾ ਖੁੱਲ੍ਹ ਗਿਆ, ਆਉਣੇ ਜਾਣੇ ਸਹੂਲਤ ਹੋ ਗਈ, ਔਰ ਇਹਨਾਂ ਸਾਡੇ ਲੋਕਾਂ ਦਾ ਉਹਨਾਂ ਵੱਲ ਦੇਖ ਕੇ ਵੀ ਇਮਾਨ ਕੁਛ ਮਜ਼ਬੂਤ ਹੋ ਜਾਵੇ ਤੇ ਬਹੁਤ ਬਿਹਤਰ ਆ। ਸਹੀ ਆ, ਇਹ ਗਲੀਆਂ ਦੇ ਖਰਚੇ ਕਿਰਾਏ ਭਾੜੇ ਹਰ ਕੋਈ ਭਰਦਾ, ਪਰ ਆਪਣੇ ਪੇਸ਼ਵਾ ਦੀ ਸੇਵਾ ਹਰ ਕੋਈ ਕਰਦਾ, ਕਰਦੇ ਸਾਰੇ ਰੱਬ ਨੂੰ ਰਾਜ਼ੀ ਆ, ਹਰ ਬੰਦਾ ਰੱਬ ਨੂੰ ਰਾਜ਼ੀ ਕਰਦਾ ਹੈ, ਭਾਵੇਂ ਕੋਈ ਹਿੰਦੂ ਹੋਵੇ, ਭਾਵੇਂ ਕੋਈ ਸਿੱਖ ਹੋਵੇ, ਭਾਵੇਂ ਕੋਈ ਮੁਸਲਮਾਨ ਹੋਵੇ, ਭਾਵੇਂ ਕੋਈ ਈਸਾਈ ਹੋਵੇ ਜੀ। ਹਾਂਜੀ, ਇੱਥੇ ਸ਼ੇਰ ਯਾਦ ਆ ਗਿਆ ਛੋਟਾ ਜਿਹਾ, ਹਾਂਜੀ ਸੁਣਾਓ ਸੁਣਾਓ। ਹਿੰਦੂ ਹੋਵੇ ਤੇ ਹਿੰਦ ਦੀ ਥਾਰ ਜਾਣੇ, ਹਿੰਦੂ ਹੋਵੇ ਤੇ ਹਿੰਦ ਦੀ ਥਾਰ ਜਾਣੇ, ਓਏ ਦਿਲੋਂ ਗੁਰੂ ਦਾ ਨਾਮ ਭੁਲਾਏ ਕਾਨੂੰ, ਬਾਹਮਣ ਹੋਵੇ ਤੇ ਪੋਥੀਆਂ ਯਾਦ ਰੱਖੇ, ਪਰ ਮੱਥਿਓਂ ਤਿਲਕ ਗਵਾਏ ਕਾਨੂੰ, ਮੁੱਲਾ ਹੋਵੇ ਪੰਜੇ ਵਕਤ ਰਹੇ ਮਸੀਤ ਅੰਦਰ, ਨਿਮਾਦਾਨ ਖੁਜਾਏ ਕਾਨੂੰ, ਗੁਰੂ ਹੱਕ ਸੱਚ ਦਾ ਹੋਵੇ ਚੇਲੇ ਕੋਲ ਰੱਖੇ, ਪਰ ਭੁੱਖ ਮਰਦੇ ਭਜਾਏ ਕਾਨੂੰ।